ਜਿੱਥੇ ਵੀ ਜਾਵਾਂ ਇਹਦੀ ਟੈਨਸ਼ਨ ਰਹਿੰਦੀ ਆ, ਇਹਨੇ ਖਾ ਲਿਆ ਹੋਊਗਾ, ਚਾਹੇ ਸਕੂਲ 'ਚ ਧਿਆਨ ਮੇਰਾ ਇੱਥੇ ਹੀ ਆ। ਇੱਕ ਲਾਲਾ ਆਇਆ ਸੀਗਾ, ਕਹਿੰਦਾ ਕਿ 9 ਲੱਖ ਰੁਪਏ ਲੈ ਲਾ, ਤੈਨੂੰ ਦੇ ਦੇ ਸਾਨੂੰ, ਮੈਨੂੰ ਇਹਨਾਂ ਨੂੰ ਕਹਿਤਾ ਮੈਂ ਤੈਨੂੰ 18 ਡਬਲ ਦਿੰਦਾ, ਤੂੰ ਮੈਨੂੰ 2 ਹੋਰ ਲਿਆ ਦੇ। ਮੈਂ ਕੰਮ ਦੁਕਾਨ 'ਤੇ ਵੀ ਕੰਮ ਕਰਦਾ ਸੀ, ਇਹਨੇ ਨਾਲ ਨੂੰ ਲੈ ਕੇ ਫਿਰਦਾ ਸੀਗਾ, ਘਰੇ ਇਕੱਲਾ ਨਹੀਂ ਛੱਡਦਾ ਸੀ, ਜਿੰਦਾ ਲੱਗ ਜਾਂਦਾ ਸੀ ਕਿ ਕੋਈ ਚੱਕ ਕੇ ਨਾ ਲੈ ਜਾਵੇ ਇਹਨੂੰ। ਇਹਦੀ ਤਕਲੀਫ ਮੈਂ ਸਮਝ ਲੈਣਾ, ਮੈਂ ਮੇਰੀ ਤਕਲੀਫ ਕੌਣ ਸਮਝੂਗਾ। ਸੌਗਾ ਨਹੀਂ ਮੇਰੇ ਆਏ ਤੇ ਇਹਨੂੰ ਪਤਾ ਵੀਰ ਆਊਗਾ, ਰੋਟੀ ਲੈ ਕੇ ਆਊਗਾ, ਇਹ ਤਿਆਰ ਕਰੂਗਾ, ਕੁੰਡਾ ਖੋਲੂਗਾ ਇਹ। ਰਾਤ ਨੂੰ 1 ਵਜੇ ਦੋਨੇ ਰੋਟੀ ਖਾਂਦੇ ਫਿਰ? ਹਾਂਜੀ ਹਾਂਜੀ। ਮੰਮਾ ਦੀ ਯਾਦ ਆਉਂਦੀ ਤੁਹਾਨੂੰ? ਕੀ ਕਰਦੇ ਹੋ ਫਿਰ? ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਸਾਡੇ ਮੁਲਕ ਦੇ ਵਿੱਚ ਹਵਾ ਅਜਿਹੀ ਚੱਲ ਰਹੀ ਹੈ ਕਿ ਭਰਾ ਭਰਾ ਦਾ ਨਹੀਂ, ਪੁੱਤ ਜਿਹੜਾ ਉਹ ਆਪਣੇ ਪਿਓ ਨੂੰ ਕੁਝ ਨਹੀਂ ਸਮਝਦਾ, ਅਤੇ ਮਾਵਾਂ ਆਪਣੇ ਪ੍ਰੇਮ ਸੰਬੰਧਾਂ ਦੇ ਕਰਕੇ ਆਪਣੇ ਹੀ ਪੁੱਤਾਂ ਦਾ ਕਤਲ ਕਰ ਰਹੀਆਂ ਨੇ। ਪਰ ਅਜਿਹੇ ਸਾਰੇ ਹਾਲਾਤਾਂ ਤੋਂ ਬਾਅਦ ਇੱਕ ਭਰਾ ਅਜਿਹਾ ਵੀ ਹੈ ਜਿਸ ਨੂੰ ਅਸੀਂ ਅਗਰ ਇਹ ਕਹਿ ਲਈਏ ਕਿ ਉਸ ਨੇ ਆਪਣੀ ਜ਼ਿੰਦਗੀ ਆਪਣੇ ਛੋਟੇ ਭਰਾ ਦੇ ਲਈ ਨਿਛਾਵਰ ਕੀਤੀ ਹੋਈ ਹੈ, ਤਾਂ ਇਸ ਦੇ ਵਿੱਚ ਵੀ ਕੋਈ ਅਤੀ ਕਥਨੀ ਨਹੀਂ ਹੋਏਗੀ। ਅਸੀਂ ਤੁਹਾਨੂੰ ਮਿਲਾਉਂਦੇ ਹਾਂ ਮਲੇਰਕੋਟਲਾ ਦੇ ਰਹਿਣ ਵਾਲੇ ਪੰਕਜ ਦੇ ਨਾਲ, ਜਿਸ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਇਸ ਵੇਲੇ ਜੋ ਕਰ ਰਿਹਾ, ਕਿਉਂਕਿ ਉਹਨਾਂ ਦੀ ਮਾਂ ਅਤੇ ਉਹਨਾਂ ਦੇ ਜਿਹੜੇ ਪਿਤਾ ਜੀ ਦਾ ਦੇਹਾਂਤ ਹੋ ਚੁੱਕਿਆ, ਉਸ ਤੋਂ ਬਾਅਦ ਆਪਣੇ ਛੋਟੇ ਭਰਾ ਨੂੰ ਹੁਣ ਤੱਕ ਜਿਹੜਾ ਉਹੀ ਸੰਭਾਲਦਾ ਆ ਰਿਹਾ, ਕਿਉਂਕਿ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਨੇ। ਇਹ ਜਿਹੜੀ ਕਹਾਣੀ ਹੈ ਉਹਨਾਂ ਲੋਕਾਂ ਲਈ ਇੱਕ ਸਬਕ ਹੈ ਜਿਨ੍ਹਾਂ ਦੇ ਮਾਂ ਬਾਪ ਅਜੇ ਜਿਉਂਦੇ ਨੇ ਅਤੇ ਉਹ ਉਹਨਾਂ ਤੋਂ ਅਜੇ ਵੀ ਜਿਹੜਾ ਛੋਟੀ ਛੋਟੀ ਗੱਲ 'ਤੇ ਗੁੱਸੇ ਹੋ ਜਾਂਦੇ ਨੇ। ਅੱਜ ਪੁੱਛਦੇ ਹਾਂ ਉਹਨਾਂ ਬਿਨ ਮਾਂ ਬਾਪ ਦੇ ਬੱਚਿਆਂ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ। ਪੰਕਜ, ਪਹਿਲਾਂ ਤਾਂ ਇਹ ਦੱਸੋ ਕਿ ਅੱਜ ਦੇ ਹਾਲਾਤ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ, ਭਰਾ ਭਰਾ ਦਾ ਨਹੀਂ ਹੈਗਾ, ਇੱਥੇ ਤੱਕ ਕਿ ਆਪਣੇ ਬਜ਼ੁਰਗ ਮਾਂ ਬਾਪਾਂ ਨੂੰ ਜਿਹੜੇ ਬੱਚੇ ਨੇ ਉਹ ਘਰੋਂ ਕੱਢ ਦਿੰਦੇ ਨੇ, ਅਤੇ ਤੁਹਾਡਾ ਭਰਾ ਨਾਲ ਇੰਨਾ ਪਿਆਰ ਕਿਵੇਂ? ਬਸ ਪਿਆਰ ਰੱਖੇ ਜੀ ਇਹਦੇ ਨਾਲ ਜੀ, ਮੰਮੀ ਤੋਂ ਬਾਅਦ ਤਾਂ ਜੀ ਭਾਈ ਭਾਈ ਕਰਕੇ ਜੀ, ਤਾਂ ਛੱਡਣ ਦਾ ਵੀ ਜੀ ਨਹੀਂ ਕਰਦਾ ਮੇਰਾ, ਕਿਤੇ ਜਿੱਥੇ ਮਰਜ਼ੀ ਜਾਵਾਂ ਧਿਆਨ ਮੇਰਾ ਇਹਦੇ 'ਤੇ ਨਹੀਂ ਹੁੰਦਾ। ਅੱਛਾ, ਬਹੁਤ ਲੋਕ ਆਏ ਖਰੀਦਣ ਲਈ, ਮੈਂ ਦਿੱਤਾ ਨਹੀਂ ਗਾ। ਖਰੀਦਣ ਲਈ ਆਏ ਸੀ? ਹਾਂਜੀ ਹਾਂ, ਕੀ ਪੈਸੇ ਦਿੰਦੇ ਹਾਂ। ਇੱਕ ਲਾਲਾ ਆਇਆ ਸੀਗਾ, ਕਹਿੰਦਾ ਕਿ 9 ਲੱਖ ਰੁਪਏ ਲੈ ਲਾ, ਤੈਨੂੰ ਦੇ ਦੇ ਸਾਨੂੰ, ਮੈਨੂੰ ਇਹਨਾਂ ਨੂੰ ਕਹਿਤਾ ਮੈਂ ਤੈਨੂੰ 18 ਡਬਲ ਦਿੰਦਾ, ਤੂੰ ਮੈਨੂੰ 2 ਹੋਰ ਲਿਆ ਦੇ। ਇੱਕ ਹੋਰ ਆਏ ਸੀ ਕਿ SDM, ਇੱਕ DC, ਮੀਆਂ ਬੀਬੀ ਦੋਨੋਂ ਅਫਸਰ ਸੀਗੇ ਉਹਨਾਂ ਦੇ ਜੀ,
ਅਤੇ ਘਰ ਵਾਲੀ ਆਈ ਪੀ ਐੱਸ ਅਫਸਰ, ਘਰ ਵਾਲਾ ਡੀ ਸੀ ਸੀਗੇ, ਸਰਦਾਰ ਸੀਗੇ ਸਿੱਖ, ਉਹਨਾਂ ਕੋਲ ਉਹ ਨਹੀਂ ਸੀਗੇ, ਕੋਈ ਔਲਾਦ ਨਹੀਂ ਸੀਗੀ, ਉਹਨਾਂ ਨੇ ਫਿਰ ਧੂਰੀ ਤੋਂ ਨਵਜਾਤ ਬੱਚੀ ਲੈ ਲਈ, ਛੋਟੀ ਕੁੜੀ ਆਈ। ਅੱਛਾ, ਹਾਂਜੀ। ਅਤੇ ਜਦੋਂ ਤੁਹਾਡੇ ਕੋਲ 9 ਲੱਖ ਰੁਪਈਆ ਉਹਨਾਂ ਨੇ ਔਫਰ ਕੀਤੀ ਤੁਹਾਨੂੰ, ਅਤੇ ਇੱਕ ਵਾਰ ਵੀ ਤੁਸੀਂ ਸੋਚਿਆ ਨਹੀਂ ਕਿ ਹਾਂ? ਨਾ ਜੀ ਨਾ, ਮੈਂ ਤਾਂ ਮੈਨੇ ਉਹਨਾਂ ਨੂੰ ਫਿਰ ਖਿੱਚਦੇ ਲਾਈ ਜੀ, ਮੈਂ ਗੁੱਸੇ ਹੋ ਗਿਆ ਉਹਨਾਂ ਨਾਲ, ਰੋਜ਼ ਆ ਜਾਂਦੇ ਸੀ, ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ, ਮੱਲੋ ਮੱਲੀ ਉਈ ਬਸ ਕਿ ਸਾਨੂੰ ਦੇ ਦਿਉ, ਫਿਰ ਮੈਂ ਕਿਹਾ ਨਹੀਂ ਦੇਣਾ ਨਹੀਂ। ਅੱਛਾ, ਅਤੇ ਮੰਮੀ ਨਾਲ ਕੀ ਹੋਇਆ ਸੀ? ਮੰਮੀ ਨੂੰ ਬ੍ਰੈਸਟ ਕੈਂਸਰ ਹੋ ਗਿਆ ਜੀ, ਫਿਰ ਉਹਨਾਂ ਦੇ ਇਲਾਜ ਲਈ, ਇਲਾਜ ਦੇ ਥੋੜ੍ਹ ਕੰਨੀ ਉਹਨਾਂ ਦੀ ਮੌਤ ਹੋਈ। ਉਹਨਾਂ ਦੀ ਮੌਤ ਕਿਵੇਂ ਹੋਈ? ਉਹ ਸਾਰੀ ਗੱਠ ਸੀਗੀ ਜੀ ਇੱਕ, ਉਹ ਡੱਬੀ ਜੀ ਲੱਗ ਕੇ ਜੀ ਉਹਨੇ, ਮੈਂ ਕੋਈ ਚੀਜ਼ ਸੀਗੀ, ਉਹ ਬ੍ਰੈਸਟ ਕੱਟਣ ਤੋਂ ਬਾਅਦ ਸਾਰਾ ਥੱਲੇ ਤੱਕ ਹੀ ਆ ਗਿਆ, ਫੈਲਦਾ ਰਿਹਾ, ਉਹ ਕਟਾਉਣ ਤੋਂ ਬਾਅਦ ਫੈਲਦਾ ਰਿਹਾ, ਕੀੜੇ ਪੈ ਗਏ ਸੁੰਡੇ ਜੀ ਪੂਰੇ ਸੁੰਡ ਸਰੀਰ 'ਤੇ। ਹਾਂਜੀ ਹਾਂਜੀ। ਉਸ ਵੇਲੇ ਤੁਹਾਡੇ ਭਰਾ ਦਾ ਕੀ ਨਾਮ ਹੈ? ਵਰੁਣ ਜੀ। ਉਸ ਵੇਲੇ ਵਰੁਣ ਕਿੰਨੇ ਸਾਲਾਂ ਦਾ ਸੀ ਜਦੋਂ ਤੁਹਾਡੀ ਮਦਰ ਇੰਨੀ ਜ਼ਿਆਦਾ? 2-3 ਸਾਲ ਦਾ ਹੀ ਹੋਊਗਾ। ਹਾਂਜੀ ਹਾਂਜੀ। ਉਸ ਟਾਈਮ ਤਾਂ ਬਹੁਤ ਛੋਟਾ ਸੀ, ਪਤਾ ਨਹੀਂ, ਹੱਸ ਰਿਹਾ ਸੀਗਾ ਜੀ। ਹਾਂਜੀ ਹਾਂਜੀ। ਅਤੇ ਫਿਰ ਫਾਦਰ ਸਾਹਿਬ ਦਾ, ਫਾਦਰ ਸਾਹਿਬ ਵੀ ਹੈ ਨਹੀਂ ਤੁਹਾਡੇ? ਫਾਦਰ ਸਾਹਿਬ ਪਹਿਲਾਂ ਤੋਂ ਜੀ। ਹਾਂਜੀ ਹਾਂਜੀ। ਕੀ ਹੋਇਆ ਸੀ? ਝਗੜੇ ਕਰਦੇ ਸੀਗੇ ਜ਼ਿਆਦਾ, ਤਾਂ ਕਰਕੇ ਉਹ ਲਾਗੇ ਕੱਟਦੇ ਸੀਗੇ ਸਾਡੇ। ਹਾਂਜੀ ਹਾਂਜੀ। ਲੜਾਈ ਬਹੁਤ ਕੁੱਟਦੇ ਸੀ ਸਾਨੂੰ, ਮਾਰਦੇ ਸਾਡੀ ਮੰਮੀ ਨੂੰ, ਇਸ ਕਰਕੇ ਸਾਨੂੰ ਸਾਡੇ ਨਾਲ ਵਧੀਆ ਰਿਲੇਸ਼ਨ ਨਹੀਂ ਸੀਗੇ, ਕੁੱਟਦੇ ਸੀ, ਮਾਰਦੇ ਸੀ, ਪੈਸੇ ਤੇ ਲੈਂਦੇ, ਮੰਮੀ ਨੇ ਪਾਲਿਆ ਸਾਨੂੰ। ਅਤੇ ਫਿਰ ਹੁਣ ਮੰਮੀ ਵੀ ਤੁਰ ਗਈ, ਫਿਰ ਮੰਮੀ ਤੋਂ ਉਸ ਦਿਨ ਜਿਸ ਦਿਨ ਤੁਹਾਡੀ ਮਾਤਾ ਜੀ ਦਾ ਦੇਹਾਂਤ ਹੋਇਆ, ਕਿਹੋ ਜਿਹਾ ਦਿਨ ਸੀ ਤੁਹਾਡੇ ਲਈ? ਬਸ ਐਂ ਦੇਖੋ, 6 ਮਹੀਨੇ ਤਾਂ ਮੈਂ ਕੋਮਾ 'ਚ ਹੀ ਰਿਹਾ ਜੀ, ਮੈਨੂੰ ਨਹੀਂ ਆਪ ਪਤਾ ਲੱਗਿਆ, 6 ਮਹੀਨੇ ਅਪਸੈਟ ਹੋ ਗਿਆ, 6 ਮਹੀਨੇ ਹੁਣ ਤੱਕ ਨਹੀਂ ਰਾਸ ਆਇਆ, ਹਜੇ ਤੱਕ ਜੀ ਦਿਮਾਗ ਪਾਗਲ ਜਿਹਾ ਹੋ ਗਿਆ, ਪਾਗਲ ਪਾਗਲ ਨਹੀਂ ਹੁੰਦਾ ਜੀ, ਮੈਂ ਬੁੱਝ ਜਿਹਾ ਹੋ ਜਾਂਦਾ ਉਸ ਤਰ੍ਹਾਂ ਹੋਇਆ, ਜਿੱਥੇ ਵੀ ਜਾਵਾਂ ਇਹਦੀ ਟੈਨਸ਼ਨ ਰਹਿੰਦੀ ਆ, ਇਹਨੇ ਖਾ ਲਿਆ ਹੋਊਗਾ, ਚਾਹੇ ਸਕੂਲ 'ਚ ਧਿਆਨ ਮੇਰਾ ਇੱਥੇ ਹੀ ਆ, ਹਾਂਜੀ, ਇਹਨੂੰ ਇਕੱਲਾ ਨਹੀਂ ਛੱਡਦਾ ਮੈਂ, ਬਿਲਕੁਲ ਵੀ ਇਕੱਲਾ ਨਹੀਂ ਛੱਡ, ਕਿਸੇ ਨਾ 1% ਵੀ ਨਹੀਂ, ਇੰਨਾ ਪਿਆਰਾ। ਅਤੇ ਮੈਨੂੰ ਇਹ ਦੱਸੋ ਕਿ ਹੁਣ ਜਦੋਂ ਇਹਨਾਂ ਨੂੰ ਸਕੂਲ ਵੀ ਤੁਸੀਂ ਲਾਤਾ, ਅਤੇ ਤੁਸੀਂ ਤੁਸੀਂ ਕੀ ਕਰਦੇ ਹੋ? ਬਸ ਮੰਗ ਮੰਗ ਕੇ ਜੀ। ਅੱਛਾ। ਹਾਂਜੀ ਹਾਂਜੀ। ਕਿਸੇ ਨੇ 10, ਕਿਸੇ ਨੇ 20, ਕਿਸੇ ਨੇ 50 ਦਿੱਤੇ, ਬਸ ਕਿਸੇ ਨੇ ਇਵੇਂ ਜੀ ਮੰਗ ਮੰਗ ਕੇ ਗੁਜ਼ਾਰਾ ਕਰਕੇ ਇਹਨੂੰ ਪੂਰਾ ਪੜ੍ਹਾਈ ਦੇ, ਇਹਨੂੰ ਇਹਦਾ ਇਹਦਾ ਖਰਚਾ ਪੂਰਾ ਮੈਂ ਆਪ, ਮੈਨੂੰ ਮਿਲੇ ਨਾ ਮਿਲੇ ਇਹਨੂੰ ਇਹਨੂੰ ਸਭ ਕੁਝ ਦਿੰਦਾ ਸਵੇਰੇ ਉੱਠਣ ਸਾਰ। ਹਾਂਜੀ ਹਾਂਜੀ। ਸਵੇਰੇ ਉੱਠਣ ਸਾਰ ਇਹਨੂੰ ਦੁੱਧ ਰੋਟੀ ਜਿਹੜਾ ਵੀ ਪਰੌਂਠਾ ਇਹਨੂੰ ਪੈਸੇ 10 ਰੁਪਏ ਨਾਲ, ਫਿਰ ਦੁਪਹਿਰੇ ਆਉਣਾ ਇਹਨੇ, ਫਿਰ ਵਿੱਚ ਦੀ ਵੀ ਮੰਗਦਾ, ਫਿਰ ਸ਼ਾਮ ਨੂੰ ਵੀ ਆਉਣਾ। ਹਾਂਜੀ। ਕਿੰਨਾ ਕੁ ਜਦੋਂ ਤੁਹਾਡੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਮਦਰ ਦੀ ਜਿਹੜੀ ਡੈਥ ਹੋਈ ਆ ਉਹ ਬ੍ਰੈਸਟ ਕੈਂਸਰ ਦੇ ਨਾਲ ਹੋ ਗਈ ਸੀ, ਉਸ ਤੋਂ ਬਾਅਦ ਕਿੰਨਾ ਕੁ ਫਿਰ ਜਿਹੜਾ ਵਰੁਣ ਨੇ ਤੁਹਾਨੂੰ ਪਰੇਸ਼ਾਨ ਕੀਤਾ ਹੋ? ਕਿਉਂਕਿ ਇੱਕ ਮਾਂ ਪਰੇਸ਼ਾਨੀ ਝੱਲ ਸਕਦੀ ਹੈ, ਇੱਕ ਭਰਾ ਨਹੀਂ ਪਰੇਸ਼ਾਨੀ ਝੱਲ ਸਕਦਾ। ਮੈਨੇ ਉਸ ਟਾਈਮ ਬਹੁਤ, ਉਹ ਟਾਈਮ ਮੇਰੇ ਲਈ ਬਹੁਤ ਖਤਰਨਾਕ ਸੀਗਾ, ਜਦ ਛੋਟਾ ਸੀਗਾ ਮੈਂ ਕੰਮ ਦੁਕਾਨ 'ਤੇ ਵੀ ਕੰਮ ਕਰਦਾ ਸੀ, ਇਹਨੇ ਨਾਲ ਲੈ ਕੇ ਫਿਰਦਾ ਸੀਗਾ, ਘਰੇ ਇਕੱਲਾ ਨਹੀਂ ਛੱਡਦਾ ਸੀ, ਜਿੰਦਾ ਲੱਗ ਜਾਂਦਾ ਸੀ ਕਿ ਕੋਈ ਚੱਕੇ ਨਾਲ ਲੈ ਜਾਵੇ ਇਹਨੂੰ, ਜਿੰਦਾ ਲੱਗ ਰੱਖਦਾ ਸੀਗਾ ਕਿ ਕੋਈ ਇਹਨੂੰ ਚੱਕੇ ਨਾਲ ਲੈ ਜਾਵੇ, ਚੱਕ ਦਾ ਮੈਂ ਮੇਰੇ ਨੂੰ ਮੈਂ ਇਹਨੂੰ ਜਿੰਦਾ ਲੱਗ ਰੱਖਦਾ ਸੀਗਾ ਜੀ, ਇਸ ਕਰਕੇ ਮੈਂ ਬਸ ਇਹਨੂੰ ਆਪਦੇ ਨਾਲ ਹੀ ਰੱਖਦਾ ਜੀ, ਮੈਂ ਛੱਡ ਦਿੱਤਾ ਨਹੀਂ ਕਿਸੇ ਨੂੰ ਵੀ ਜੀ। ਹਾਂਜੀ ਹਾਂਜੀ। ਤੁਹਾਡੇ ਰਿਸ਼ਤੇਦਾਰ ਵੀ ਨੇ ਕੋਈ? ਹੈਗੇ ਨੇ ਜੀ, ਪਰ ਲੇਕਿਨ ਸਾਥ ਨਹੀਂ ਦਿੰਦੇ ਜੀ, ਕੋਈ ਵੀ ਸਾਥ ਨਹੀਂ ਦਿੰਦਾ, ਆਂਢ ਗੁਆਂਢ 'ਚ ਵੀ ਕਿਸੇ ਦੀ ਕੋਈ ਸਪੋਰਟ ਨਹੀਂ? ਨਾ ਜੀ ਨਾ। ਉਹ ਕੀ ਗੱਲ? ਬਸ ਅਤੇ ਮੈਨੂੰ ਐਂ ਦੱਸੋ ਕਿ ਹੁਣ ਜਿਸ ਤਰੀਕੇ ਨਾਲ ਤੁਹਾਨੂੰ ਰੋਜ਼ਮਰਾ 'ਚ ਕੀ ਦਿੱਕਤਾਂ ਆ ਰਹੀਆਂ ਨੇ ਇੱਕ ਮਾਂ ਦੇ ਨਾ ਹੋਣ ਕਰਕੇ? ਮੇਰੀ ਯਾਦ ਆਉਂਦੀ ਹੈ ਜੀ ਬਸ। ਕਿੰਨੀ ਕੁ ਯਾਦ ਆਉਂਦੀ? ਬਹੁਤ ਜ਼ਿਆਦਾ। ਅਤੇ ਫਿਰ ਕੀ ਕਰਦੇ ਜਦੋਂ ਮਾਂ ਦੀ ਯਾਦ ਆਉਂਦੀ? ਬਸ ਕਰਨਾ ਰੋ ਕੇ ਬਸ ਜੀ, ਬਸ ਮਨ ਟਕਾ ਲਈਦਾ, ਇਹਦਾ ਦੁੱਖ ਇਹਦੀ ਤਕਲੀਫ ਤਾਂ ਮੈਂ ਸਮਝ ਲੈਂਦਾ, ਇਹਦੀ ਤਕਲੀਫ ਮੈਂ ਸਮਝ ਲੈਂਦਾ, ਮੈਂ ਮੇਰੀ ਤਕਲੀਫ ਕੌਣ ਸਮਝੂਗਾ।
ਛੋਟੇ ਹੁੰਦੇ ਵੀ ਤੁਸੀਂ ਤੁਹਾਨੂੰ ਫਿਰ ਵਰੁਣ ਨੇ ਪਰੇਸ਼ਾਨ ਕੀਤਾ ਨਾ, ਉਸ ਵੇਲੇ ਇੱਕ ਮਾਂ ਦਾ ਰੋਲ ਨਿਭਾਇਆ ਫਿਰ ਤੁਸੀਂ ਪੂਰਾ? ਹਾਂਜੀ, ਦਿੱਤਾ ਨਹੀਂ ਕਿਸੇ ਨੂੰ ਵੀ ਪੂਰਾ, ਜਿੱਤਾ ਬਹੁਤ ਛੋਟਾ ਦੀ ਬਹੁਤ ਕੇਅਰ ਕਰਦਾ ਸੀ ਆ। ਅੱਛਾ, ਮੈਂ ਬਾਹਰ ਨਹੀਂ ਕੱਢਦਾ ਹੁਣ ਵੀ ਜਲਦੀ, ਇਹਦਾ ਚੱਲੇ ਭੇਜ ਦੇਵਾਂ, ਪਰ ਮੈਂ ਭਰੋਸਾ ਨਹੀਂ ਰੱਖਦਾ, ਮੈਂ ਹਜੇ ਪੂਰਾ ਸਟੈਂਡ ਹੀ ਨਾ ਹੈਗਾ, ਜਿੱਥੇ ਵੀ ਜਾਊਂਗਾ ਜ਼ਿਆਦਾ ਦੂਰ ਨਹੀਂ ਭੇਜਦਾ, ਬਸ ਆਹ ਚੀਜ਼ ਵਾਲੀ ਦਾ ਅੰਟੀ ਵੱਧ ਨਹੀਂ, ਸਕੂਲ ਸਪੈਸ਼ਲ ਬੱਗੀ ਲਵਾਈ ਹੋਈ ਹੈ, ਇਹਦੇ ਕਰਕੇ ਹੀ ਲਵਾਈ ਹੋਈ ਹੈ ਕਿ ਮੈਨੂੰ ਵੀ ਦਿੱਕਤ ਨਾ ਆਵੇ, ਇਹਨੂੰ ਵੀ ਨਾ ਦਿੱਕਤ, ਬੱਗੀ ਵਾਲਾ ਲੈ ਕੇ ਜਾਊਗਾ ਬੈਗ ਚੱਕ ਕੇ, ਬੱਗੀ ਵਾਲਾ ਹੀ ਛੱਡ ਕੇ ਜਾਊਗਾ, ਸਪੈਸ਼ਲ ਉਹਨੂੰ ਇਹਦੇ ਕਰਕੇ ਹੀ 350 ਰੁਪਏ ਦਿੰਦਾ ਮੈਂ ਹਰ ਮਹੀਨੇ ਦਾ ਬੱਗੀ ਦਾ ਹੀ। ਅਤੇ ਮੈਨੂੰ ਐਂ ਦੱਸੋ ਵਰੁਣ, ਜਿਸ ਤਰੀਕੇ ਨਾਲ ਤੁਹਾਡਾ ਭਰਾ ਤੁਹਾਨੂੰ ਪਿਆਰ ਕਰਦਾ, ਤੁਸੀਂ ਪਿਆਰ ਕਰਦੇ ਹੋ ਆਪਣੇ ਭਰਾ ਨੂੰ? ਕਿੰਨਾ ਪਿਆਰ ਕਰਦੇ ਹੋ ਬੇਟਾ? ਵੱਧ ਵੱਧ ਪਿਆਰ ਕਰਦੇ ਹੋ। ਸਕੂਲ 'ਚ ਤੁਹਾਨੂੰ ਆਪਣੀ ਮੰਮਾ ਦੀ ਯਾਦ ਆਉਂਦੀ ਹੈ? ਜਦੋਂ ਵਰੁਣ ਮੰਮਾ ਦੀ ਯਾਦ ਆਉਂਦੀ ਹੈ ਤੁਹਾਨੂੰ, ਕੀ ਕਰਦੇ ਹੋ ਫਿਰ? ਬੋਲ ਦੱਸ ਕਿ ਵੀਰਾ ਪਿਆਰ ਕਰਦਾ ਨਹੀਂ ਤੈਨੂੰ, ਦੱਸ ਕਿੰਨਾ ਪਿਆਰ ਕਰਦਾ ਦੱਸ। ਜਦੋਂ ਮੰਮਾ ਦੀ ਯਾਦ ਆਉਂਦੀ ਹੈ ਫਿਰ ਕੀ ਕਰਦੇ ਹੋ ਤੁਸੀਂ? ਬੋਲ ਵੀਰਾ ਪਿਆਰ ਕਰਦਾ, ਸਾਰਾ ਕੁਝ ਪੂਰਾ ਕਰਦਾ ਤੁਹਾਡਾ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਹੈ ਲਿਆ ਕੇ ਦਿੰਦਾ? ਦਿੰਦਾ ਦਿੰਦਾ। ਅੱਛਾ, ਐਂ ਦੱਸੋ ਸਕੂਲ 'ਚ ਜਦੋਂ ਤੁਹਾਨੂੰ ਬੁਲਾਉਂਦੇ ਨੇ ਜਾਂ ਕਰਦੇ ਨੇ ਹੋਰ ਬੱਚਿਆਂ ਦੇ, ਜਿਹੜੇ ਵਰੁਣ ਤੁਹਾਡਾ ਪੂਰਾ ਸਕੂਲ 'ਚ ਵੀ ਖਿਆਲ, ਅੱਜ ਵਰੁਣ ਦਾ ਖਿਆਲ ਰੱਖਦਾ ਪੂਰਾ ਪੰਕਜ ਸਕੂਲ 'ਚ ਵੀ? ਦੱਸ। ਹਾਂ ਬੇਟਾ, ਰੱਖਦੇ ਨੇ ਰੱਖਦੇ ਨੇ। ਅੱਛਾ ਅੱਛਾ ਪੰਕਜ, ਇਹ ਗੱਲ ਦੱਸੋ ਕਿ ਜਦੋਂ ਇਹ ਛੋਟਾ ਸੀ, ਇੱਕ ਛੋਟੇ ਬੱਚੇ ਨੂੰ ਸੰਭਾਲਣ ਦੇ ਲਈ ਇੱਕ ਪ੍ਰੋਪਰ ਟ੍ਰੇਨਿੰਗ ਚਾਹੀਦੀ ਹੈ, ਤੁਹਾਨੂੰ ਉਹ ਟ੍ਰੇਨਿੰਗ ਫਿਰ ਕਿਵੇਂ ਆਈ? ਬਸ ਆਹ ਦੇਖੋ ਇਸ ਤਰ੍ਹਾਂ ਹੀ ਆ ਗਈ ਬਸ ਜੀ, ਠੋਕਰਾਂ ਖਾ ਕੇ ਆ ਗਈ ਜੀ, ਹੱਥ ਕਟਵਾ ਲਿਆ ਜੀ, ਪਟਿਆਲੇ ਚਲੇ ਗਿਆ ਕਿਸੇ ਦੇ ਮੁੰਡੇ ਦੇ ਮਗਰ ਲੱਗ ਕੇ, 2 ਸਿਲੰਡਰ ਚੋਰੀ ਹੋ ਗਏ, 1 ਗਾਰਡਰ ਲੈ ਗਿਆ, ਪੈਸੇ ਚੋਰੀ ਕਰਕੇ ਲੈ ਗਿਆ, ਉਹ ਵੀ ਮੁੰਡਾ ਪਿੱਛੋਂ ਨਾ। ਹਾਂਜੀ ਹਾਂਜੀ। ਅੱਛਾ ਇੱਕ ਗੱਲ ਇਹ ਦੱਸੋ ਕਿ ਹੁਣ ਤੁਹਾਡੀ ਜ਼ਿੰਦਗੀ ਹੈ ਫਿਰ ਉਹ ਕਿਵੇਂ ਚੱਲ ਰਹੀ ਹੈ? ਹੁਣ ਵੀ ਬਸ ਇਸ ਤਰ੍ਹਾਂ ਹੀ, ਇਹਦੀ ਜ਼ਿੰਦਗੀ ਸਹੀ ਚੱਲ ਰਹੀ ਹੈ ਮੇਰੀ, ਮਤਲਬ ਇਹਦਾ ਇਹਦਾ ਸਭ, ਇਹਨੂੰ ਸਭ ਕੁਝ ਜੋ ਮਿਲਦਾ ਦਿਨ ਰਾਤ ਕਰਦਾ ਮੈਂ, ਸਵੇਰੇ ਵੀ ਦਿਨ ਵੀ। ਰਾਤ ਲਈ ਵੀ, ਰਾਤ ਨੂੰ ਵੀ ਕੰਮ ਕਰਦੇ ਹੋ? ਰਾਤ ਨੂੰ ਕਰਦਾ, ਇੱਕ ਹੁਣ ਜਾਊਂਗਾ 5:30 ਵਜੇ ਜੀ, 1 ਵੱਜ ਜਾਂਦਾ ਜੀ, ਅਤੇ ਫਿਰ ਉਸ ਤੋਂ ਬਾਅਦ ਪਿੱਛੇ ਘਰੇ ਬੈਠਾ ਹੁੰਦਾ ਜੀ, ਇੰਤਜ਼ਾਰ ਕਰਦਾ ਮੇਰੇ ਤੋਂ, ਕੁੰਡਾ ਲਾ ਕੇ ਮੇਰੇ ਇਸ ਖਾ, ਮੈਂ ਸੌਗਾ ਨਹੀਂ ਮੇਰੇ ਆਏ ਦੀ, ਇਹਨੂੰ ਪਤਾ ਵੀ ਆਊਗਾ ਰੋਟੀ ਲੈ ਕੇ ਆਊਗਾ, ਇੰਤਜ਼ਾਰ ਕਰੂਗਾ, ਕੁੰਡਾ ਖੋਲੂਗਾ ਇਹ। ਰਾਤ ਨੂੰ 1 ਵਜੇ ਦੋਨੇ ਰੋਟੀ ਖਾਂਦੇ ਹੋ ਫਿਰ? ਹਾਂਜੀ 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 ਹਾਂਜੀ। ਅੱਛਾ ਇੱਕ ਗੱਲ ਹੋਰ ਜਿਹੜੀ ਦੱਸੋ, ਬੱਚਾ ਹੈ, ਬੱਚੇ ਦਾ ਮਨ ਤਾਂ ਬੱਚਾ ਹੀ ਹੁੰਦਾ, ਕਦੇ ਉਹ ਦਿਨ ਆਇਆ ਸੀ ਜਦੋਂ ਤੁਸੀਂ ਇਹਦੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਹੋ ਅਤੇ ਫਿਰ ਤੁਸੀਂ ਦੁਖੀ ਹੁੰਦਾ ਜੀ, ਹੋਰ ਨਾ ਪਰੇਸ਼ਾਨ ਜੀ, ਫਿਰ ਵੀ ਬਸ ਫਿਰ। ਅਤੇ ਹੁਣ ਤੁਸੀਂ ਫਿਰ ਇਹ ਦੱਸੋ ਕਿ ਆਉਣ ਵਾਲੀ ਜ਼ਿੰਦਗੀ ਤੁਹਾਡੀ ਥੋੜ੍ਹੀ ਜਿਹੀ ਸਹਿਜ ਹੋ ਜਾਵੇ, ਤੁਸੀਂ ਲੋਕਾਂ ਨੂੰ ਕੀ ਕਹੋਗੇ ਆਪਣੇ ਭਵਿੱਖ ਲਈ, ਆਪਣੇ ਭਰਾ ਦੇ ਭਵਿੱਖ ਲਈ? ਤੁਸੀਂ ਰਿਹਾ ਮੈਂ ਤਾਂ ਜੀ, ਇਹਨਾਂ ਦਾ ਇਹਦਾ ਭਵਿੱਖ ਬਣਾ ਰਿਹਾ, ਇਹਨੂੰ ਪੜ੍ਹਾ ਲਿਖਾ ਰਿਹਾ, ਮੈਂ ਕਿਹਾ ਮੇਰੇ ਹੁੰਦੇ ਹੁੰਦੇ ਪੜ੍ਹ ਜਾਵੇ ਇਹ, ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਕਿਸ ਟਾਈਮ ਚੱਲ ਪਵੇ, ਇਹਦੀ ਟੈਨਸ਼ਨ ਰਹਿੰਦੀ ਹੈ ਮੇਰੀ, ਹੋਰ ਕੋਈ ਦਿਮਾਗ 'ਚ ਨਹੀਂ ਹੁੰਦੀ, ਬਸ ਇਹਦੀ ਟੈਨਸ਼ਨ ਰਹਿੰਦੀ ਹੈ, ਦਿਮਾਗ ਮੇਰਾ ਜਿੱਥੇ ਵੀ ਜਾਵਾਂ ਦਿਮਾਗ ਮੇਰੇ ਇਹਦੇ ਕੰਨੀ ਲੱਗਿਆ ਰਹੂਗਾ। ਇਹ ਸਨ ਪੰਕਜ ਅਤੇ ਵਰੁਣ, ਦੋ ਭਰਾ ਮਲੇਰਕੋਟਲਾ ਦੇ, ਉਹ ਦੋ ਭਰਾ ਜੋ ਇਸ ਵੇਲੇ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਸਹਾਰਾ ਇਹ ਆਪਸ 'ਚ ਇੱਕ ਦੂਸਰੇ ਦਾ ਹੀ ਸਹਾਰਾ ਨੇ,
ਔਰ ਦੁਨੀਆ ਦੇ ਵਿੱਚ ਖਾਸ ਕਰਕੇ ਸਾਡੇ ਸ਼ਹਿਰ ਦੇ ਵਿੱਚ ਇੱਕ ਮਿਸਾਲ ਹੈ ਜਿਹੜੀ ਉਹ ਪੰਕਜ ਪੇਸ਼ ਕਰ ਰਹੇ ਆ ਆਪਣੇ ਛੋਟੇ ਭਰਾ ਨੂੰ ਆਪਣੀ ਮਾਂ ਦਾ ਅਤੇ ਪਿਓ ਵਾਲਾ ਜਿਹੜੀ ਜ਼ਿੰਮੇਵਾਰੀ ਹੈ ਉਹ ਦੋਵੇਂ ਬਾਖੂਬੀ ਨਿਭਾ ਰਿਹਾ। ਸੋ ਸਾਡੇ ਵੀ ਤੁਹਾਨੂੰ ਇਸ ਵੀਡੀਓ ਜ਼ਰੀਏ ਇਹੀ ਅਪੀਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਹੋ ਸਕੇ ਇਸ ਪੰਕਜ ਦੀ ਅਤੇ ਇਸ ਬੱਚੇ ਦੀ ਬਾਂਹ ਫੜੀ ਜਾਵੇ, ਕਿਉਂਕਿ ਪੰਜਾਬੀਆਂ ਦੇ ਦਿਲ ਹਮੇਸ਼ਾ ਹੀ ਬਹੁਤ ਵੱਡੇ ਨੇ ਅਤੇ ਉਹ ਖੁੱਲ੍ਹ ਕੇ ਹਮੇਸ਼ਾ ਜ਼ਰੂਰਤਮੰਦ ਜਿਹੜੇ ਲੋਕ ਨੇ ਉਹਨਾਂ ਲਈ ਅੱਗੇ ਆਉਂਦੇ ਨੇ। ਔਰ ਅਸੀਂ ਵੀ ਇਹੋ ਜਿਹੜੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਇਹਨਾਂ ਭਰਾਵਾਂ ਦਾ ਤੁਸੀਂ ਹੱਥ ਜਿਹੜਾ ਉਹ ਜ਼ਰੂਰ ਫੜੋਗੇ। ਕਾਸਿਫ ਫਾਰੂਕੀ, ਹਕੀਕਤ ਟੀ ਵੀ ਪੰਜਾਬੀ, ਮਲੇਰਕੋਟਲਾ।